ਮੇਰੇ ਮਾਪਿਆਂ ਦੀ ਹਦਾਇਤ ਸੀ ਜਾਂ ਮੇਰੀ ਨੇਚਰ ਸੀ ਮੈਂ ਝੂਠ ਦੀ ਰਾਜਨੀਤੀ ਤੋਂ ਹਮੇਸ਼ਾ ਦੂਰ ਰਹਾ ਮੈਂ ਇਹ ਤੈਅ ਕੀਤਾ ਸੀ ਕਿ ਉਹ ਉਹਨੇ ਕੰਮ ਕਹਾਗੇ ਜਿਹੜੇ ਕਰ ਸਕੀਏ ਮੇਰਾ ਧਿਆਨ ਟੋਟਲ ਦੀ ਟੋਟਲ ਡਿਵੈਲਪਮੈਂਟ ਤੇ ਲੋਕ ਸਹੂਲਤਾਂ ਵਾਸਤੇ ਹੈ ਨਾ ਕਿਸੇ ਨਾਲ ਲੜਾਈ ਪੜਾਈ ਵਾਸਤੇ ਜਾਂ ਮੇਰਾ ਟੋਟਲ ਟੀਚਾ ਸੀ ਕਿ ਸ਼ਹਿਰ ਦੇ ਵਿੱਚ ਪਿਛਲੀਆਂ ਸਰਕਾਰਾਂ ਚ ਹੁੰਦਾ ਰਿਹਾ ਕਿ ਝੂਠੇ ਪਰਚੇ ਹੋਵੇ ਥਾਣੇ ਫੜਾਤੇ ਤੁਸੀਂ ਜਾ ਕੇ ਸ਼ਹਿਰ ਚ ਪੁੱਛ ਲਓ ਇੱਕ ਵੀ ਠੁੱਟਾ ਪਟਾ ਜਦੋਂ ਦਾ ਮੈਂ ਆਇਆ ਨਹੀਂ ਆਇਆ ਮੈਂ ਵੀ ਜਦੋਂ ਇਦ ਕੀ ਚੌਂਚ ਗਿਆ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਜਿੱਥੇ ਜਨਤਾ ਨਗਰ ਚਾਰੋਂ ਘੁੰਮਣਾ ਹੈ ਮੈਨੂੰ ਉਹਨਾਂ ਨੇ ਕਿਹਾ ਜੀ ਸਾਡਾ ਬਹੁਤ ਬੜੀ ਲੌਂਗ ਪੈਂਡਿੰਗ ਡਿਮਾਂਡ ਹੈ ਤੁਸੀਂ ਵੀ ਨਾਲ ਹੁੰਦੇ ਸੀ ਹਰ ਸਾਨੂੰ ਗੱਪ ਮਾਰ ਕੇ ਚਲੇ ਜਾਂਦਾ ਈਵਨ ਉਹਨਾਂ ਨੇ ਮੇਰਾ ਰਿਕਾਰਡ ਕੀਤਾ ਕਹਿੰਦੇ ਅਸੀਂ ਰਿਕਾਰਡ ਕਰਾਂਗੇ ਤੁਹਾਡੇ ਅੱਗੇ ਰੱਖ ਦੇਣਾ ਜੋ ਕਹੋਗੇ 2 ਕਰੋੜ 60 ਲੱਖ ਰੁਪਏ ਦੇ ਵਿੱਚ 사데 3 किलोमीटर ਸੈਰਗਾ ਉਹ ਲਾਈਨ ਤੋਂ ਲੈ ਕੇ ਰਿੰਗ ਰੋਡ 2 ਤੱਕ ਕਿੜੀਓ ਬਣਾਉਣ ਦੀ ਜਿਹੜੀ ਪ੍ਰਪੋਜ਼ਲ ਹੈ ਜਿਹਦੇ ਲੈਟਰ ਹੈ ਮੇਰਾ ਖਿਆਲ ਵਿੱਚ 5 ਦਿਨ ਹੋ ਗਏ ਸ਼ਕਤੀ ਸਾਹਿਬ ਕੋਲ ਜਾ ਕੇ ਆਇਆ ਸੀ ਉਹ ਜਾਰੀ ਹੋ ਗਿਆ ਹੁਣ ਆਉਣ ਵਾਲੇ 15 20 ਦਿਨ ਮਹੀਨੇ ਤੇ ਇਹਦਾ ਮੈਂ ਨੀ ਪੱਥਰ ਰੱਖ ਕੇ ਕੰਮ ਚੱਲੂ ਪਰ ਹਮ ਨਾਉ ਆਈ ਵਿਲ ਪਰਸੂ ਕਿ ਜੇ ਉਹ 550 ਕਰੋੜ ਦਾ ਪ੍ਰੋਜੈਕਟ ਇੱਥੇ ਹੋ ਜਾਂਦਾ ਆਉਣ ਵਾਲੇ 25 30 ਸਾਲ ਬਟਿੰਡੇ ਸ਼ਹਿਰ ਨੂੰ ਕਰੇ ਪੀਣ ਵੇਲੇ ਪਾਣੀ ਦੀ ਸਮੱਸਿਆ ਨਹੀਂ ਆਏ ਪੀਵੀ ਪੰਜਾਬ ਦੇਖ ਰਹੇ ਸਾਰੀ ਦਸ਼ਕਾਂ ਦਾ ਮੈਂ ਮੰਤਿਰ ਬਹੁਤ-ਬਹੁਤ ਸਵਾਗਤ ਕਰਦਾ ਹਾਂ ਸੋ ਦੋਸਤੋ ਅੱਜ ਜਿਸ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਣ ਜਾ ਰਹੇ ਹਾਂ ਉਸ ਦਾ ਕਨਸਰਨ ਜਿਹੜਾ ਹੈ ਉਹ ਬਠਿੰਡੇ ਦੀ ਸਿਆਸਤ ਦੇ ਨਾਲ ਹੈ ਅਗਰ ਬਠਿੰਡੇ ਦੀ ਸਿਆਸਤ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਉਹ ਅਹਿਮ ਰੋਲ ਹਮੇਸ਼ਾ ਤੋਂ ਅਦਾ ਕਰਦੀ ਆਈ ਹੈ ਤੇ ਅਗਰ ਬੀਤੇ ਦਿਨ ਕੁਝ ਦਿਨਾਂ ਦੀ ਗੱਲ ਕਰੀਏ ਤਾਂ ਬਠਿੰਡਾ ਇੱਕ ਵਾਰੀ ਫਿਰ ਤੋਂ ਸੁਰਖੀਆਂ ਦਾ ਜੋ ਹੈ ਉਹ ਵਿਸ਼ਾ ਬਣ ਗਿਆ ਇੱਕ ਚਿੱਠੀ ਮਿਲੀ ਆ ਜਿਸ ਦੇ ਵਿੱਚ ਆਤਕ ਵਾਧੀਆਂ ਜਾਂ ਕੁਝ ਇਹੇ ਸ਼ਰਾਰਤੀ ਅੰਸਰਾ ਵੱਲੋਂ ਕੁਝ ਲਿਖਿਆ ਗਿਆ ਜਿਸ ਦੇ ਵਿੱਚ ਕਿਹਾ ਕਿ ਬਠਿੰਡਾ ਤੇ ਜੋ ਅਮਨ ਸ਼ਾਂਤੀ ਆ ਉਸ ਨੂੰ ਭੰਗ ਕਰਨ ਦੇ ਲਈ ਕੋਈ ਬੰਬ ਧਮਾਕਿਆਂ ਦੀ ਗੱਲ ਕੀਤੀ ਗਈ। ਤਮਾਮ ਮੁੱਦੇ ਆ ਉਹ ਡਿਸਕਸ ਕਰਾਂਗੇ ਤੇ ਮੇਰੇ ਨਾਲ ਬਠਿੰਡਾ ਤੋਂ ਵਿਧਾਇਕ ਮੌਜੂਦ ਨੇ ਗਿਲ ਸਾਹਿਬ ਨਾਲ ਗੱਲਬਾਤ ਕਰਦੇ ਆ ਸੱਚੀ ਗਾਲ ਜੀ। ਸੱਚੀ ਗਾਲ ਜੀ ਧੰਨਵਾਦ ਤੁਹਾਡਾ। ਕਿ ਸਭ ਸਵਾਗਤ ਆ ਤੁਹਾਡਾ ਤੇ ਬੜਾ ਵਧੀਆ ਲੱਗ ਰਿਹਾ। ਅੱਛਾ ਲੱਗ ਰਿਹਾ ਫੀਲ ਹੁੰਦਾ ਜਦੋਂ ਤੁਹਾਡੇ ਵਰਗੇ ਇੱਕ ਬਹੁਤ ਹੀ ਸੰਜੀਦਗੀ ਦੇ ਨਾਲ ਵਿਸ਼ੇ ਨੂੰ ਸੁਲਝਾਉਣ ਵਾਲੇ ਜਾਂ ਸੰਜੀਦਗੀ ਦੇ ਨਾਲ ਗੱਲਬਾਤ ਕਰਨ ਵਾਲੇ ਲੋਕ ਮਿਲਦੇ ਨੇ ਤੇ ਬੜਾ ਆਵਦੇ ਆਪ ਨੂੰ ਵੀ ਚੰਗਾ ਫੀਲ ਹੁੰਦਾ ਗੱਲਬਾਤ ਕਰਕੇ ਵੀ ਵਧੀਆ ਮਹਿਸੂਸ ਹੁੰਦਾ ਧੰਨਵਾਦ ਜੀ ਤੁਹਾਡਾ ਜਿਸ ਕਾਬਲ ਹੈ ਪ੍ਰਮਾਤਮਾ ਨੇ ਬਣਾਇਆ ਸਮਝ ਦੇ ਮੁਤਾਬਕ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜੀ ਸਾਹਿਬ ਤਕਰੀਬਨ ਸਾਲ ਤੋਂ ਵੱਧਦਾ ਸਮਾਂ ਹੋ ਚੁੱਕਿਆ ਵਿਧਾਇਕ ਬਣੇ ਨੂੰ ਤੇ ਕੌਂਸਲਰ ਦੇ ਜਿਹੜੀ ਉਹ ਹੁੰਦੀ ਹੈ ਕੰਮ ਕਰਨ ਦੀ ਸ਼ਕਤੀ ਹੁੰਦੀ ਹੈ ਜਾਂ ਤਰੀਕਾ ਹੁੰਦਾ ਤੇ ਵਿਧਾਇਕ ਦੇ ਕੰਮ ਕਰਨ ਦੀ ਸ਼ਕਤੀ ਤੇ ਤਰੀਕਾ ਉਹਦੇ ਵਿੱਚ ਕਿੰਨਾ ਫਰਕ ਨੂੰ ਮਹਿਸੂਸ ਹੁੰਦਾ ਮੈਨੂੰ ਬਹੁਤਾ ਮਹਿਸੂਸ ਨਹੀਂ ਹੋਇਆ ਕਾਰਨ ਕੀ ਸੀ ਕਿ ਮੈਂ 42-43 ਸਾਲ ਤੋਂ ਰਾਜਨੀਤਿਕ ਛਿਛਟ ਹੁਚਾਂ ਕਾਂਗਰਸ ਪਾਰਟੀ 'ਚ ਰਹਿੰਦਾ ਹਾਂ ਕਾਂਗਰਸ ਪਾਰਟੀ ਨੇ ਸਾਨੂੰ ਜਿੰਨੇ ਵੀ ਕੈਂਡੀਡੇਟ ਦਿੱਤੇ ਉਹ ਬਾਹਰ ਦੇ ਦਿੱਤੇ ਔਰ ਮੇਰਾ ਮੁੱਖ ਰੋਲ ਹੁੰਦਾ ਸੀ ਕਿਉਂਕਿ ਮੈਂ ਇੱਥੇ ਪ੍ਰੈਜ਼ੀਡੈਂਟ ਆ ਮਿਸ ਫੂਲ ਕਮੇਟੀ ਦਾ ਇਸ ਕਰਕੇ ਸਾਰੇ ਸ਼ਹਿਰ ਦੇ ਵਿੱਚ ਮੇਰਾ ਲੋਕਾਂ ਦੇ ਨਾਲ ਸਹਿਚਾਰ ਹੈ ਲੋਕ ਪਿਆਰ ਕਰਦੇ ਆ ਮੈਟਰਾ ਇੰਪਰੂਵਮੈਂਟ ٹرسٹ ਦਾ ਚੇਅਰਮੈਨ ਰਹਾ ਸੀ ਜਿਹੜਾ ਚੋਣ ਮਹਿੰਮ ਦੇ ਵਿੱਚ ਮੈਂ ਆਪ ਦੀ ਜੀ ਜਾਣ ਨਾਲ ਹਮੇਸ਼ਾ ਉਹ ਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਨੂੰ ਰਾਜਨੀਤੀ ਦੇ ਵਿੱਚ ਇਲੈਕਸ਼ਨ ਦਾ ਲੀਡਿੰਗ ਰੋਲ ਕਹਿੰਦੇ ਆ ਇਸ ਕਰਕੇ ਮੈਨੂੰ ਕੰਮ ਕਰਨ ਦੇ ਵਿੱਚ ਵੀ ਕਿਉਂਕਿ ਮੈਂ ਤਾਂ ਈਵਨ ਜੇ ਤਾਂ ਪਿਛਲੀ ਵਾਰੀ ਐਮ ਸੀ ਸੀ ਕਾਂਗਰਸ ਦੀ ਸਰਕਾਰ ਸੀ ਲੋਕ ਜਿਹੜੇ ਐ ਐਮ ਐਲ ਏ ਮੰਤਰੀ ਆਪਦੇ ਹਰਕਤਿਆਂ ਦੇ ਵਿੱਚ ਸਕੂਲ ਨਹੀਂ ਲੈ ਸਕਦੇ ਮੈਂ ਸਾਡੇ ਇੱਥੇ 500 ਗਾਇ ਦੇ ਵਿੱਚ 765 ਬੱਚੇ ਸੀ ਮੈਂ ਸਰਕਾਰ ਕਾਂਗਰਸ ਸਰਕਾਰ ਦੀ ਜਿਹੜੇ ਆਪਦੇ ਪੂਰੇ ਦਵਾ ਦੇ ਨਾਲ ਕਿ ਲੋਕਾਂ ਦੀ ਲੋੜ ਹੈ ਸਾਡੇ ਆਪਦੇ ਇਸ ਮੇਰੇ ਵਾਰਡ ਦੇ ਵਿੱਚ ਹੀ ਜਿਹੜਾ 2.35 ਏਕੜ ਜਗ੍ਹਾ ਮੁੱਲ ਲੈ ਕੇ ਸਰਕਾਰ ਤੋਂ ਉੱਥੇ 22 ਕਮਰਿਆਂ ਦਾ ਸਕੂਲ ਖੜਾ ਕੀਤਾ। ਮੈਂ ਜੇ ਉਹ ਜੇ ਪ੍ਰੋਜੈਕਟ ਲਿਆ ਸਕਦਾ। ਮੈਂ ਉਹਦੇ ਇੱਕ ਸ਼ਹਿਰਗਾ ਦਾ ਪ੍ਰੋਜੈਕਟ ਕੀਤਾ ਸੀ ਚਲੋ ਬਾਅਦ ਦੇ ਵਿੱਚ ਮੇਰੇ ਡਿਫਰੈਂਸਿਸ ਆ ਗਏ। ਉਹਦੀ ਮਰਜ਼ੀ ਸੀ ਸਮੇਂ ਦਾ ਮੰਤਰੀ ਉਹਨੂੰ ਇੱਥੇ ਚੱਕ ਕੇ ਲੈ ਗਿਆ। ਤੇ ਮੈਨੂੰ ਤਾਂ ਕੋਈ ਕਦੇ ਪ੍ਰੋਬਲਮ ਆਈ ਨਹੀਂ ਮੇਰਾ ਆ ਜਿੱਥੇ ਅੱਪਾ ਬੈਠੇ ਆ। ਇੱਥੇ ਵੀ ਮੈਂ ਤਾਂ ਸਵੇਰ 7 ਵਜੇ ਪਹਿਲਾਂ ਬੈਠ ਜਾਂਦਾ ਸੀ। ਲੋਕ ਸਾਰੇ ਸ਼ਹਿਰ ਚ ਕੰਮ ਆ ਕਰ ਆਉਂਦੇ ਸੀ। ਹੁਣ ਇਹ ਵੀ ਉਹਦਾ ਵੋਲੀਅਮ ਵਧ ਗਿਆ। ਸ਼ਹਿਰ ਵੱਡਾ ਹੈ। ਸ਼ਹਿਰ ਚ ਲੋਕਾਂ ਦੇ ਸਮੱਸਿਆਵਾਂ ਕੰਮ ਕਰਨ ਜਿਹੜੇ ਉਹ ਵਰਗੇ ਪਰ ਮੈਨੂੰ ਮਹਿਸੂਸ ਨਹੀਂ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ 15 16 ਘੰਟੇ ਰੂਟੀਨ ਦੇ ਵਿੱਚ ਆਪਦਾ ਕੰਮ ਕਰਦਾ ਸੀ ਹੁਣ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਸਰ ਇੱਕ ਸਾਲ ਤੋਂ ਵੱਧ ਦਾ ਸਮਾਂ ਜਿਵੇਂ ਜ਼ਿਕਰ ਕੀਤਾ ਤੇ ਤੁਸੀਂ ਹੁਣ ਨਾਲ ਹੀ ਗੱਲ ਕੀਤੀ ਆ ਕਿ ਜਿਹੜਾ ਸਕੂਲ ਦੀ ਤੁਸੀਂ ਜ਼ਿਕਰ ਕੀਤਾ ਜਿਹੜੀ ਇੰਪਰੂਵਮੈਂਟ ਕੀਤੀ ਹੈ ਇਹ ਅਗਰ ਇੱਕ ਸਾਲ ਦੀ ਗੱਲ ਕਰੀਏ ਤਾਂ ਕਿਹੜੇ ਇਹੋ ਜਿਹੇ ਮਸਲੇ ਸਨ ਜਿਹੜੇ ਤੁਸੀਂ ਜਦੋਂ ਦੇ ਵਿਧਾਇਕ ਬਣੇ ਜਿਹੜੇ ਤੁਸੀਂ ਮਸਲੇ ਹੱਲ ਕੀਤੇ ਆ ਉਹ ਚਾਹੇ ਹਲਕੇ ਦੇ ਹੋਣ ਚਾਹੇ ਖਾਸ ਬਠਿੰਡਾ ਸ਼ਹਿਰ ਦੇ ਹੋਣ ਦੇਖੋ ਮੈਂ ਜਦੋਂ ਇਲੈਕਸ਼ਨ ਲੜਿਆ ਮੈਂ ਹਮੇਸ਼ਾ ਲੋਕ ਸੁਚੇਤ ਸੀ ਕਿ ਵੀ ਤੁਸੀਂ ਮੈਂ ਮੈਨੂੰ ਮੇਰੇ ਮਾਪਿਆਂ ਦੀ ਹਦਾਇਤ ਸੀ ਜਾਂ ਮੇਰੀ ਨੇਚਰ ਸੀ ਮੈਂ ਝੂਠ ਦੀ ਰਾਜਨੀਤੀ ਤੋਂ ਹਮੇਸ਼ਾ ਦੂਰ ਰਿਹਾ ਮੈਂ ਇਹ ਤੈਅ ਕੀਤਾ ਸੀ ਕਿ ਉਹ ਉਹਨੇ ਕੰਮ ਕਹਾਗੇ ਜਿਹੜੇ ਕਰ ਸਕੀਏ ਮੈਂ ਕਦੇ ਵੀ ਆਪਦੇ ਵੋਟਰਾਂ ਨਾਲ ਇਹ ਵੈਦਾ ਨਹੀਂ ਕੀਤਾ ਕਿ ਮੈਂ ਆ ਕਰੂੰ ਪਰ ਮੈਂ ਇਹਨਾਂ ਨੂੰ ਕਿਹਾ ਸੀ ਜੋ ਕੁਝ ਕਰੂੰ ਤੁਹਾਡੇ ਸਾਹਮਣੇ ਆ ਤੇ ਜੋ ਕੁਛ ਮੈਂ ਕਰ ਸਕਿਆ ਉਹ ਤੁਹਾਨੂੰ ਹੁਣ ਦੱਸਣ ਲੱਗਾ ਹਾਂ ਸਭ ਤੋਂ ਪਹਿਲੀ ਗੱਲ ਸਾਡੇ ਇੱਥੇ ਦੋ ਆਰੋਵੀ ਇੱਕ ਜਨਤਾਨਗਰਦਾਰੋ ਵੀ ਜਿਹੜਾ 1980 ਤੋਂ ਲੈ ਕੇ ਲੋਕਾਂ ਦੀ ਡਿਮਾਂਡ ਸੀ ਮੈਂ ਵੀ ਹਰ ਐਮਐਲਏ ਦੇ ਇਲੈਕਸ਼ਨ ਜਾਂਦਾ ਰਿਹਾ ਹਰ ਐਮਐਲਏ ਜਕੀਨ ਦੇ ਬਾਕੇ ਚੱਲਿਆ ਜਾਂਦਾ ਸੀ ਵੀ 5 ਸਾਲ ਛੋੜਾ ਬਣ ਜੂ ਔਰ ਦੋ ਵਾਰੀ ਵੱਧ ਕਿਸਮਤੀ ਹੈ ਕਿ ਪਿਛਲੀ ਸਰਕਾਰ ਵੇਲੇ ਔਰ ਉਸ ਤੋਂ ਪਹਿਲਾਂ ਲੋਕਾਂ ਨੂੰ ਲਾਰਾ ਲਾਉਣ ਵਾਸਤੇ ਇੱਕ ਇੱਕ ਟਰਾਲੀ ਪੱਥਰਾਂ ਦੀ ਛਿਟਕੀ ਵੀ ਕਹਿ ਦਿੱਤਾ ਗਿਆ ਸੀ ਕਿ ਦਾ ਉਦਘਾਟਨ ਹੋ ਗਿਆ ਜਦੋਂ ਕੋਈ ਹੋਇਆ ਕੁਝ ਨਹੀਂ ਸੀ ਮੈਂ ਵੀ ਜਦੋਂ ਇਦ ਕੀ ਚੋਣ ਚ ਗਿਆ ਮੈਨੂੰ ਇਸ ਇਲਾਕੇ ਦੇ ਲੋਕਾਂ ਨੇ ਜਿੱਥੇ ਜਨਤਾ ਨਗਰ ਚਾਰੋ ਵੀ ਹੁੰਨੇ ਮੈਨੂੰ ਉਹਨਾਂ ਨੇ ਕਿਹਾ ਜੀ ਸਾਡਾ ਬਹੁਤ ਬੜੀ ਲੌਂਗ ਪੈਂਡਿੰਗ ਡਿਮਾਂਡ ਹੈ ਤੁਸੀਂ ਵੀ ਨਾਲ ਹੁੰਦੇ ਸੀ ਹਰ ਸਾਨੂੰ ਗੱਪ ਮਾਰ ਕੇ ਚੱਲਿਆ ਜਾਂਦਾ ਈਵਨ ਉਹਨਾਂ ਨੇ ਮੇਰਾ ਰਿਕਾਰਡ ਕੀਤਾ ਕਹਿੰਦੇ ਅਸੀਂ ਰਿਕਾਰਡ ਕਰਾਂਗੇ ਤੁਹਾਡੇ ਅੱਗੇ ਰੱਖ ਦੇਣਾ ਜੋ ਕਹੋਗੇ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਅੱਜ ਕੋਈ ਵਾਅਦਾ ਨਹੀਂ ਕਰਦਾ ਪਰ ਮੈਂ ਜਦੋਂ ਆਉਂਗਾ ਤੁਹਾਡੇ ਪੁਲ ਦੀ ਸ਼ਿੰਕਸ਼ਣ ਲੈ ਕੇ ਆਂਗਾ ਔਰ ਪਹਿਲੇ ਬਜਟ ਦੇ ਵਿੱਚ ਆਰਓਵੀ ਜਨਤਾ ਨਗਰ 50 ਕਰੋੜ 50 ਲੱਖ ਰੁਪਿਆ ਔਰ ਸੈਕੰਡ ਆਰਓਵੀ ਮਲਤਾਨੀਆਂ ਰੋਡ ਜਿਹੜਾ 20 ਸਾਲ ਤੋਂ ਡਿੱਗਣ ਦੇ ਕਿਨਾਰੇ ਹੋਇਆ ਖੜਾ ਸੀ ਹਰ ਬਾਰਸ਼ਾਂ ਚ ਉਹਨੂੰ ਬੰਦ ਕੀਤਾ ਜਾਂਦਾ ਸੀ ਟ੍ਰੈਫਿਕ ਤੋਂ 36 ਕਰੋੜ ਰੁਪਿਆ ਉਹਦਾ ਦੋਵੇਂ ਆਰਓਵੀ ਪਹਿਲੇ ਬਜਟ ਮਨਜ਼ੂਰ ਕਰਾਏ ਉਸ ਤੋਂ ਬਾਅਦ ਪ੍ਰੋਸੈਸ ਹੁੰਦਾ ਸਾਰਾ ਉਹ ਫਾਈਲਾਂ ਜਿਹੜੀਆਂ ਰੀਅਲ ਐਸਟੀਮੇਟ ਟੈਂਡਰ ਹੁਣ ਉਹਦੇ ਮਤਾਣੀਆਂ ਰੋਡ ਦੇ ਜਿਹੜੇ ਟੈਂਡਰ ਹੋ ਚੁੱਕੇ ਆ ਖੁੱਲ ਚੁੱਕੇ ਆ ਔਰ 8.50 ਲੱਖ ਰੁਪਿਆ ਰੇਲਵੇ ਡਿਪਾਰਟਮੈਂਟ ਨੂੰ ਦੀ ਮਨਜ਼ੂਰੀ ਲਈ ਭੇਜ ਦਿੱਤਾ ਗਿਆ ਆਉਣ ਵਾਲੇ 15-20 ਦਿਨਾਂ ਦੇ ਵਿੱਚ ਅਸੀਂ ਜਨਤਕ ਨਗਰ ਆ ਰੋ ਵੀ ਦੇ ਟੈਂਡਰ ਕਰ ਦਾਂਗੇ ਤੀਜਾ ਜਿਹੜੀ ਸੈਰਗਾਹ ਮੇਰੀ ਡਰੀਮ ਪ੍ਰੋਜੈਕਟ ਸੀ ਕਿਉਂਕਿ ਇਹ ਸਾਰੇ ਏਰੀਆ ਦੇ ਵਿੱਚ ਸਾਡੇ ਕੋਈ ਸੈਰਗਾਹ ਨਹੀਂ 2 ਕਰੋੜ 60 ਲੱਖ ਰੁਪਏ ਦੇ ਵਿੱਚ 3.5 ਕਿਲੋਮੀਟਰ ਸੈਰਗਾਹ ਅਬੂ ਲਾਈਨ ਤੋਂ ਲੈ ਕੇ ਰਿੰਗ ਰੋਡ 2 ਤੱਕ ਕਰੀਡਿਓ ਬਣਾਉਣ ਦੀ ਜਿਹੜੀ ਪ੍ਰਪੋਜ਼ਲ ਹੈ ਜਿਹਦੇ ਲੈਟਰ ਹੈ ਮੇਰਾ خیال ਨਾਲ ਵਿੱਚ 5 ਕਿ ਦਿਨ ਹੋ ਗਏ ਸਕਤੀ ਸਾਹਿਬ ਕੋਲ ਜਾ ਕੇ ਆਇਆ ਸੀ ਉਹ ਜਾਰੀ ਹੋ ਗਿਆ ਹੁਣ ਆਉਣ ਵਾਲੇ 15 20 ਦਿਨ ਮਹੀਨੇ ਚ ਇਹਦਾ ਮੈਂ ਨੀ ਪੱਥਰ ਰੱਖ ਕੇ ਕੰਮ ਚਾਲੂ ਕਰ ਦੂੰਗਾ ਇਹ ਜਿਹੜੇ ਪ੍ਰੋਜੈਕਟ ਹੈ ਜਿਹੜਾ ਪਾਣੀ ਜਿਹੜੀ ਬਠਿੰਡੇ ਦੇ ਵਿੱਚ ਸਭ ਤੋਂ ਦਿੱਕਤ ਹੈ ਗਰਮੀਆਂ ਦੇ ਵਿੱਚ ਪਾ ਪੀਣ ਵਾਲੇ ਪਾਣੀ ਦੀ ਦਿੱਕਤ ਆਉਂਦੀ ਹੈ ਕਿਉਂਕਿ ਕਪੈਸਿਟੀ ਨਹੀਂ ਸ਼ਹਿਰ ਵੱਧ ਗਿਆ ਮੇਰੀ ਇਹ ਸੋਚ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ 25 30 ਸਾਲ ਦਾ ਪ੍ਰਬੰਧ ਕੀਤਾ ਜਾਵੇ ਜਿਹੜੀ ਝੀਲ ਨੰਬਰ 1 ਹੈ ਥਰਮਲ ਦੀ ਉਸ ਨੂੰ ਬਾਟਰ ਟੈਂਕ ਕਨਵਰਟ ਕਰਕੇ او ਐਚ ਐਸ ਆਰ ਬਣਾ ਕੇ 50 ਕਰੋੜ 50 ਲੱਖ ਰੁਪਏ 54 ਲੱਖ ਰੁਪਏ ਦੇ ਜਿਹੜੇ ਅਸਟੀਮੇਟ ਤੇ ਲੈਟਰ ਹੈ ਜਿਸ ਦਿਨ ਚਲੋ ਵੈਲ ਦਾ ਗੁੱਡ অর ਬੈਡ ਨਿਰਜਤ ਸਾਹਿਬ ਨੇ ਜਿਹਦੇ ਅਸੀਫਾ ਦਿੱਤਾ ਮੈਂ 1 ਘੰਟਾ ਉਹਨਾਂ ਕੋਲੇ ਬੈਠ ਕੇ ਸਾਰਾ ਉਹਨਾਂ ਨੂੰ ਫੜਾ ਕੇ ਆਇਆ ਸੀ ਹੁ ਨਾਉ ਆਈ ਵਿਲ ਪਰਸੂ ਕਿ ਜੇ ਉਹ 50.50 ਕਰੋੜ ਦਾ ਪ੍ਰੋਜੈਕਟ ਇੱਥੇ ਹੋ ਜਾਂਦਾ ਆਉਣ ਵਾਲੇ 25-30 ਸਾਲ ਬਠਿੰਡੇ ਸ਼ਹਿਰ ਨੂੰ ਕਦੇ ਪੀਣ ਵੇਲੇ ਪਾਣੀ ਦੀ ਸਮੱਸਿਆ ਨਹੀਂ ਆਏਗੀ। ਔਰ ਜਿੱਥੋਂ ਤੱਕ ਅਸੀਂ ਛਤ ਮਹੱਲਾ ਕਲੀਨਿਕ ਬਣਾਏ ਆ ਲੋਕਾਂ ਨੂੰ ਬੜੀ-ਬੜੀ ਸਹੂਲਤ ਮਿਲ ਰਹੀ ਹੈ। ਸਕੂਲ ਆਫ ਫੈਮਿਨਿਸ ਬਣਾਇਆ ਚੌਂਕ ਦੇ ਵਿੱਚ ਜਿਹੜਾ ਸਕੂਲ ਹੈ ਤੁਸੀਂ ਦੇਖਦੇ ਹੋ ਇਸ ਦੇ ਵਿੱਚ ਗਿਣਤੀ ਹੈ ਜਿਹੜੀ ਬੱਚਿਆਂ ਦੀ 62200 ਹੋਗੀ। ਔਰ ਸਾਡੇ ਮੇਰਾ ਖਿਆਲ ਹੈ ਬਠਿੰਡੇ ਡਿਸਟ੍ਰਿਕਟ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਹੀ ਸਾਡੇ ਦਸ਼ਮੇਸ਼ ਸਕੂਲ ਦੇ ਵਿੱਚ 6000 ਬੱਚੇ ਇਸ ਕਰਕੇ ਜਿਹੜਾ ਮੇਰੀ ਸੋਚ ਸੀ ਕਿ ਜਿਹੜੇ ਪ੍ਰੋਜੈਕਟ ਨੂੰ ਫੜੀਏ ਨੂੰ ਸਿਰੇ ਲਾਈਏ ਸਾਡੇ ਰਿੰਗ ਰੋਡ ਬਣ ਦਾ ਪ੍ਰੋਜੈਕਟ ਹੈ ਟ੍ਰੈਫਿਕ ਨੂੰ ਬਾਰੋ-ਬਾਰ ਕੱਢਣ ਵਾਸਤੇ ਪਿਛਲੇ 1997 ਤੋਂ ਇਸ ਗੱਲ ਦੇ ਉੱਤੇ ਸਰਕਾਰਾਂ ਲੱਗੀਆਂ ਰਹੀਆਂ ਜਾਂ ਪਾਰਟੀਆਂ ਲੱਗੀਆਂ ਨਹੀਂ ਆ ਉਸ ਨੂੰ ਸਿਰੇ ਨਹੀਂ ਚੜਾਇਆ ਜਾ ਸਕਿਆ ਸੀ ਕਿਉਂਕਿ ਥੋੜੀ ਜੀ ਜਗ੍ਹਾ ਦਾ ਡਿਸਪਿਊਟ ਸੁਪਰੀਮ ਕੋਰਟ ਤੱਕ ਚੱਲਦਾ ਸੀ ਮੈਂ ਪ੍ਰਸ਼ਾਸਨ ਦੇ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਵੀ 19 ਜਗ੍ਹਾ ਜਿਹੜੀ ਐ ਐਕੁਏਸ਼ਨ ਕਰ ਲਓ ਪਰ ਰਿੰਗ ਰੋਡ ਥਰੂ ਕਰੋ ਅਸੀਂ ਉਹਦੇ ਨੋਟਿਸ ਦਿੱਤੇ ਐ ਅਗਸਤ ਤੱਕ ਜਿਹੜਾ 1997 ਦਾ ਪੈਂਡਿੰਗ ਪ੍ਰੋਜੈਕਟ ਸੀ ਮੇਰਾ ਟਾਰਗੇਟ ਹੈ ਕਿਉਂਕਿ ਉਹਦੇ ਚੰਦਰਬੇਜਵਾਨਾ ਰੇਲਵੇ ਦਾ ਉਹ ਬਣ ਚੁੱਕਿਆ ਬਣ ਰਿਹਾ ਹੈ ਅਗਸਤ ਤੱਕ ਰਿੰਗ ਰੋਡ ਬਣਨ ਨੂੰ ਚਾਲੂ ਕਰਕੇ ਸ਼ਹਿਰ ਦਾ ਟ੍ਰੈਫਿਕ ਬਾਹਰ ਵਰਕ ਕਰਨਾ ਸ਼ੁਰੂ ਕਰ ਦਾਂਗੇ ਜੀ ਸਭ ਇਸ ਦੇ ਨਾਲ ਇੱਕ ਹੋਰ ਗੱਲ ਵੀ ਹੈ ਅਗਰ ਜਿੱਥੇ ਬ੍ਰਿੰਡੇ ਦੀ ਗੱਲ ਆਉਂਦੀ ਹੈ ਤਾਂ ਮਨਪ੍ਰੀਤ ਸਾਹਿਬ ਦਾ ਜ਼ਿਕਰ ਵੀ ਨਾਲ ਆਉਂਦਾ ਹੈ ਜੇ ਤਾਂ ਅਗਰ ਵੋਟਾਂ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ بڑے ਇਲਜ਼ਾਮ ਉਹਨਾਂ ਤੇ ਵਿਰੋਧੀਆਂ ਤੇ ਰਾਣੇ ਤਾਂ ਉਹਨਾਂ ਦੇ ਲੀਡਰਾਂ ਨੇ ਲਾਏ ਗਿਆ ਚਾਹੀ ਉਹ ਰੇਤ ਮਾਈਨਿੰਗ ਦਾ ਹੋਵੇ ਚਾਹੀ ਨਸ਼ੇ ਦੀ ਵਿਕਰੀ ਹੋਵੇ بڑے ਇਲਜ਼ਾਮ ਲੱਗਦੇ ਹੋਏ ਨੇ ਪਰ ਹੁਣ ਤੁਸੀਂ ਸਰਕਾਰ ਦੇ ਵਿੱਚੋਂ ਕੋਈ ਇਹੋ ਜਿਹੇ ਲੂਪ ਹੋਲਸ ਲੱਭੇ ਨੇ ਜਿਨ੍ਹਾਂ ਤੋਂ ਉਹ ਜਿਹੜੇ ਇਲਜ਼ਾਮ ਆ ਉਹ ਤੁਹਾਨੂੰ ਲੱਗਦਾ ਹੋਵੇ ਕਿ ਸੱਚ ਸਾਬਤ ਹੋਣਗੇ ਉਹਨਾਂਲੇ ਸਮੇਂ ਚ ਦੇਖੋ ਗੱਲ ਹੈ ਜੀ ਸਰਕਾਰ ਹੈ ਇਕੱਲੇ ਮਨਪ੍ਰੀਤ ਦੀ ਨਹੀਂ ਬਹੁਤ سارے ਦੇ ਸਾਫ ਕਾ ਐਮ ਐਲ ਏ ਮੰਤਰੀ ਹੈ ਉਹਨਾਂ ਦੀਆਂ ਇਨਕੁਆਰੀਆਂ ਹੋਈ ਜਾਂਦੀਆਂ ਮੈਂ ਆਪਦਾ ਸਮਾਂ ਇਸ ਪਾਸੇ ਵੱਲ ਘੱਟ ਖਰਾਬ ਕੀਤਾ। ਮੈਂ ਆਪਦਾ ਸਮਾਂ ਲਾਇਆ ਮੈਂ ਲੋਕਾਂ ਨੂੰ ਕੀ ਦੇ ਸਕਦਾ। ਲੋਕਾਂ ਨੇ ਮੈਨੂੰ ਇਸ ਗੱਲ ਤੇ ਨਹੀਂ ਦੇਖਣਾ ਕਿ ਮੈਂ ਕੀ ਦੇ ਖਰਾਬ ਸ਼ਿਕਾਇਤਾਂ ਕਰੀਆਂ। ਉਹਨਾਂ ਨੇ ਇਹ ਦੇਖਣਾ ਮੈਂ ਉਹਨਾਂ ਵਾਸਤੇ ਕੀ ਕਰ ਸਕਿਆ। ਮੈਂ ਜਿਹੜੀਆਂ 10 ਮਸ਼ੀਨਾਂ ਸੀਐਸਆਰ ਤੋਂ ਡਿਪਟੀ ਕਮਿਸ਼ਨਰ ਰਹਿ ਕਰਕੇ ਡੈਲਸਿਸ ਦੀਆਂ ਆਪਦੇ ਸਿਵਲ ਹਸਪਤਾਲ ਚ ਲਵਾਈਆਂ। ਉਹਦੇ ਐਮਜ਼ ਦੇ ਵਿੱਚ ਅਸੀਂ ਇੱਕ ਮਸ਼ੀਨ ਦਿੱਤੀ ਹੈ 2.25 ਲੱਖ ਦੀ 73 ਲੱਖ ਦੀ ਅਸੀਂ ਜਿਹੜਾ ਕੈਂਸਰ ਹਸਪੀਟਲ ਹੈ ਉੱਥੇ ਦਿੱਤੀ ਹੈਲਥ ਦੇ ਉੱਤੇ ਮੇਰਾ ਜਿਹੜਾ ਧਿਆਨ ਸੀ ਤਾਂ ਕਿ ਲੋਕਾਂ ਨੂੰ ਸਹੂਲਤ ਮਿਲ ਸਕੇ ਕਿ ਮੈਂ ਕੱਲੀਆਂ ਸ਼ਿਕਾਇਤਾਂ ਹੀ ਕਰਨ ਲੱਗਿਆ ਰਵਾਂ ਤੇ ਲੋਕਾਂ ਨੂੰ ਉਹਦਾ ਮੈਨੂੰ ਲੱਗਦੀ ਕੋਈ ਬੜਾ ਫਾਇਦਾ ਨਹੀਂ ਹੋਣਾ ਸ਼ਿਕਾਇਤੀ ਮਿਲ ਹੀ ਜਾਂਦੇ ਆ ਹੋਰ ਬਥੇਰੇ ਆ ਕਰੀ ਜਾਂਦੇ ਨੇ ਇਨਕੁਆਰੀਆਂ ਹੋਈ ਜਾਣਗੀਆਂ ਮੈਂ ਬਹੁਤਾ ਧਿਆਨ ਨਹੀਂ ਦਿੰਦਾ ਇਸ ਪਾਸ ਤੁਸੀਂ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਕਾਰਜਕਾਰੀ ਨੂੰ ਦੇਖੋ ਮੇਰਾ ਟੀਚਰ ਸੀ ਸ਼ੁਰੂ ਤੋਂ ਮੈਂ ਜਦੋਂ ਐਮਐਲਏ ਬਣ ਕੇ ਆਇਆ ਮੈਂ ਮਿਸਪਲ ਕਾਰਪੋਰੇਸ਼ਨ ਦੀ ਪਹਿਲੀ ਮੀਟਿੰਗ 'ਚ ਐਜ ਕਿਉਂਕਿ ਮੈਂ ਮੈਂਬਰ ਵੀ ਹਾਂ ਉਹਨਾਂ ਨੂੰ ਸਿਰਫ ਮੈਂ 7 ਮਿੰਟ ਲਾਇਏ ਸੀ ਮੈਂ ਉਹਨਾਂ ਨੂੰ ਕਿਹਾ ਸੀ ਵੀ ਮੈਂ ਆਪੋਜੀਸ਼ਨ ਦਾ ਇੱਥੇ ਪ੍ਰਧਾਨ ਵੀ ਰਹਿ ਕੇ ਗਿਆ ਜਦੋਂ ਸਰਕਾਰ ਮੇਰੇ ਉੱਤੇ ਸੀ ਸਰਕਾਰਾਂ ਦਾ ਤੇ ਆਪੋਜੀਸ਼ਨਿਆਂ ਕਾਰਪੋਰੇਸ਼ਨ ਦਾ ਇਹ ਟਕੜਕਾ ਹੋ ਜਾਂਦਾ ਸ਼ਹਿਰ ਦਾ ਨੁਕਸਾਨ ਹੁੰਦਾ ਹੈ ਇਹਦਾ ਮੈਂ ਕਿਹਾ ਮੈਨੂੰ ਪ੍ਰੈਕਟੀਕਲ ਤਜਰਬਾ ਹੈ ਮੈਂ ਤੁਹਾਡੇ ਕਿਸੇ ਕੰਮ ਵਿੱਚ ਦਖਲ ਨਹੀਂ ਦੇਣਾ ਤੁਹਾਡੇ ਕੋਲੇ ਵੱਡੀ ਵੱਡੀ ਥੰਪਿੰਗ ਮжоਰਿਟੀ ਹੈ ਮੇਰੀ ਜਿੱਥੇ ਲੋੜ ਹੋਏਗੀ ਹਰ ਟਾਈਮ ਹਾਜ਼ਰ ਹੋਊਂਗਾ ਇਹ ਜ਼ਿੰਮੇਵਾਰੀ ਉਹਨਾਂ ਦੀ ਹੈ ਮੈਂ ਅੱਜ ਤੱਕ ਜਿਹੜੇ ਪ੍ਰੋਜੈਕਟ ਲਏ ਆਂ ਨਾ ਤਾਂ ਮਿਸਫੁੱਲ ਕਾਰਪੋਰੇਸ਼ਨ ਦਾ ਇੱਕ ਪੈਸਾ ਲਿਆ ਇਹ ਸਾਰੇ ਪ੍ਰੋਜੈਕਟ ਸਰਕਾਰ ਤੋਂ ਲਿਆਇਆ। ਨਾ ਮੈਂ ਉਹਨਾਂ ਦੇ ਘਰੇ ਕੰਮ ਵਿੱਚ ਦਖਲ ਦਿੱਤਾ ਬਲਕਿ ਉਹਨਾਂ ਨੂੰ ਤਿੰਨ ਮੀਟਿੰਗਾਂ ਕਰਕੇ ਮੈਂ ਰਿਆਂ ਦੇ ਕੇ ਆਇਆ ਸੀ ਕਿ ਸ਼ਹਿਰ ਚੋ ਪਾਣੀ ਦੀ ਨਿਕਾਸੀ ਹੈ ਜਿਹੜੀ ਸ਼ਿਰਕੀ ਬਾਜ਼ਾਰ ਹੈ ਉਹਦੇ 36 ਇੰਚ ਲਾਈਨ ਪਾ ਕੇ ਕੀਤੀ ਜਾ ਸਕਦੀ ਸੀ। ਜਿਹੜਾ ਕਮੜਾ ਨੇਰੂ ਸਕੀਮ ਹੈ ਉੱਥੇ ਇੱਕ ਪਾਈਪ ਪਾ ਕੇ ਡੀਏਵੀ ਕਾਲਜ ਤੋਂ ਵੀ ਪਾਣੀ ਲਿਆਂਦਾ ਜਾ ਸਕਦਾ ਸੀ। ਇੱਕ ਸਾਡੇ 4 ਕਰੋੜ ਰੁਪਇਆ ਲਾ ਕੇ ਅੱਜ ਤੋਂ 10-12 ਸਾਲ ਪਹਿਲਾਂ ਲਾਈਨ ਪਾਈ ਸੀ ਉਹ ਅੱਜ ਤੱਕ ਚੱਲੀ ਨਹੀਂ ਲੀਕ ਹੋਣ ਲੱਗ ਜਾਂਦੀ ਹੈ ਉਹਦਾ ਉਹਨਾਂ ਨੂੰ ਮੈਂ ਦੱਸ ਕੇ ਆਇਆ ਸੀ ਇਹਦਾ ਹੈਡ ਨੀਵਾ ਕਰ ਲੋ ਇਹ ਚੱਲ ਸਕਦੀ ਹੈ ਇੱਕ ਚੰਦ ਭਾਂ ਡਰੇਨ ਚ ਅਸੀਂ ਪਾਣੀ ਪਾਉਣਾ ਹੈ ਨਹਿਰੋਂ ਪਾਰ ਸਾਰੀਆਂ ਵਾਦੀਆਂ ਦਾ ਸਾਡਾ ਐਸਟੀਪੀ ਲੱਗਿਆ ਵੈ ਹੈਗਾ ਡੇਢੀ ਸਕੀਮ ਚ ਉਹਦੇ ਵਿੱਚ ਕਿਸਾਨਾਂ ਦੀ ਡਿਫਿਕਲਟੀ ਆਈ ਸੀ ਕਿਸੇ ਨੇ ਆਪ ਕੋਸ਼ਿਸ਼ ਨਹੀਂ ਕੀਤੀ ਮੈਂ ਹੁਣ ਇਸ ਮੀਟਿੰਗ ਚ ਤੁਹਾਨੂੰ ਦੱਸ ਕੇ ਆਇਆ ਹਾਂ ਕਿ ਮੈਂ ਬੰਦਾ ਭੇਜ ਕੇ ਜਿਹੜੇ ਉਸ ਏਰੀਏ ਦੇ ਸਰਪੰਚ ਉਹਨਾਂ ਨੇ ਗੱਲ ਕੀਤੀ ਹੈ ਮੈਂ ਗੁਰੇਜ਼ ਨਹੀਂ ਕਰਦਾ ਮੈਂ ਇਵਨ ਅਕਾਲੀ ਦਲ ਦਾ ਪ੍ਰਧਾਨ ਸਰ ਸਰਵਕਾਰ ਸਿੰਘ ਮੈਂ ਉਹਨੂੰ ਵੀ ਫੋਨ ਕੀਤਾ ਔਰ ਮਿਲ ਕੇ ਵੀ ਕਿਹਾ ਵੀ ਯਾਰ ਇਹ ਸਾਡੀ ਜਿਹੜੀ ਸਮੱਸਿਆ ਹੱਲ ਜਾਓ ਮੈਂ ਸ਼ਾਇਦ ਇਸ ਬੱਚਿਆ ਸਲਝਾਉਣੀ ਚਾਹਣਾ ਉਸ ਦੇ ਸਾਡੇ ਐਕਸਟ੍ਰੀਨ ਤੇ ਜੇਏ ਦੀ ਡਿਊਟੀ ਲਈ ਹੈ ਮੈਂ ਹੋਪਫੁਲੀ ਕਿ ਅਸੀਂ ਉਹ ਤੂ ਪਹੁੰਚ ਕੰਮ ਜਾਵੋ ਜਾਾਂਗੇ ਮੇਰਾ ਧਿਆਨ ਟੋਟਲ ਦੀ ਟੋਟਲ ਡਿਵੈਲਪਮੈਂਟ ਤੇ ਲੋਕ ਸਹੂਲਤਾਂ ਵਾਸਤੇ ਹੈ ਨਾ ਕਿਸੇ ਨਾਲ ਲੜਾਈ ਪੜਾਈ ਵਾਸਤੇ ਜਾ ਮੇਰਾ ਟੋਟਲ ਟੀਚਾ ਸੀ ਕਿ ਸ਼ਹਿਰ ਦੇ ਵਿੱਚ ਪਿਛਲੀਆਂ ਸਰਕਾਰਾਂ ਚ ਹੁੰਦਾ ਰਿਹਾ ਕਿ ਝੂਠੇ ਪਰਚੇ ਹੋ ਗਏ ਥਾਣੇ ਫੜਾਤੇ ਤੁਸੀਂ ਜਾ ਕੇ ਸ਼ਹਿਰ ਚ ਪੁੱਛ ਲਓ ਇੱਕ ਵੀ ਝੂਠਾ ਪਰਚਾ ਜਦੋਂ ਦਾ ਮੈਂ ਆਇਆ ਨਹੀਂ ਆਇਆ ਨਸ਼ਿਆਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਸ਼ਾ ਸਾਰੇ ਸੰਸਾਰ ਚ ਫੈਲਿਆ ਪਿਆ ਜਿੱਥੋਂ ਤੱਕ ਨਸ਼ੇ ਕੰਟਰੋਲ ਕਰਨ ਦੀ ਗੱਲ ਹੈ ਸਾਡੀ ਸਰਕਾਰ ਦਾ ਸਰਦਪਗਵਨ ਸਿੰਘ ਜੀ ਮਾਨ ਦੀ ਸਰਕਾਰ ਦਾ ਟੀਚਾ ਅਫਸਰਾਂ ਨੂੰ ਸਖਤ ਕਰਤਾ ਹੈ ਸਭ ਤੋਂ ਵੱਡੀ ਗੱਲ ਹੈ ਅੱਜ ਤੱਕ ਤੁਸੀਂ ਸਾਡੇ ਕਿਸੇ ਐਮਐਲਏ ਕਿਸੇ ਚੇਅਰਮੈਨ ਦਾ ਕਿਸੇ ਨਸ਼ੇੜੀ ਦੇ ਹੱਕ ਦੇ ਵਿੱਚ ਥਾਣੇ ਫੋਨ ਹੋਇਆ ਨਹੀਂ ਪੜ ਸਕਦੇ ਇਹ ਸਾਡਾ ਜਿਹੜਾ ਦਸਾਉਂਦਾ ਹੈ ਕਿ ਸਾਡੀ ਨੀਤ ਕੀ ਹੈ ਜੇ ਫੜੇ ਜਾਂਦੇ ਆ ਜੇ ਜਿਹੜਾ ਫੜਿਆ ਉਹ ਪੁੱਛਤੇ ਤੁਸੀਂ ਨਾਲ ਦੂਸਰੀ ਗੱਲ ਇਹ ਗੱਲ ਕਰਦੇ ਆ ਕਿ ਮਿਊਨਿਸਪਲ ਕਾਰਪੋਰੇਸ਼ਨ ਦੇ ਜਿੰਨੇ ਕਾਉਂਸਲਰ ਨੇ ਤੇ ਉਹ ਕਿਤੇ ਨਾ ਕਿਤੇ ਮਨਪੀਰ ਸਾਹਿਬ ਦੇ ਨਾਲ ਉਹ ਖੜੇ ਹੋਏ ਨੇ तकरीबन ਬਹੁਤ ਵੱਡੀ ਤਾਦਾਦ ਉਹਨਾਂ ਦੀ ਹੈਗੀ ਆ ਤੇ ਨਾ ਉਹ ਕਾਂਗਰਸੀ ਨੇ ਨਾ ਉਹ ਭਾਜਪਾ ਵਾਲੇ ਨੇ ਕੀ ਸਰਕਾਰ ਵੱਲੋਂ ਕੁਝ ਇਦਾਂ ਦਾ ਨਹੀਂ ਹੁੰਦਾ ਕਿ ਜਿਹੜੇ ਮੇਅਰ ਨੂੰ ਵੀ ਤਬਦੀਲ ਕੀਤਾ ਜਾਵੇ ਜਾਂ ਇਹਦਾ ਕੋਈ ਪੱਕਾ ਹੱਲ ਕੀਤਾ ਜਾਵੇ ਤਾਂ ਕਿ ਬਟਿੰਡਾ ਨੁਕਸਾਨਦਾ ਨਾ ਹੋਵੇ ਕਿਉਂਕਿ ਦੋ ਫਾੜ ਹੋਣਿਆ ਇੱਕ ਸੰਸਥਾ ਦੋ ਫਾੜ ਹੋਣੀ ਇਹ ਵੀ ਕਿਤੇ ਨੁਕਸਾਨਦਾ ਕਰਨੀ ਬੰਦੀ ਆ ਦੇਖੋ ਜਿਹੜਾ ਡੈਮੋਕ੍ਰੇਸੀ ਦੇ ਵਿੱਚ ਹਰ ਚੀਜ਼ ਲਿਖੀ ਹੋਈ ਹੈ ਜਿੱਥੇ ਸੈਂਬੜੀਆਂ ਪਾਰਲੀਮੈਂਟ ਹੈ ਉੱਥੇ ਐਂਟੀ ਡਿਫੈਕਸ਼ਨ ਲਾ ਲਾਗੂ ਹੁੰਦਾ ਲੋਕਲ ਬਾਡੀ ਦੇ ਵਿੱਚ ਕੋਈ ਲੋਕ ਐਂਟੀ ਡਿਫੈਕਸ਼ਨ ਲਾ ਲਾਗੂ ਨਹੀਂ ਹੁੰਦਾ ਜਿੱਨਾ ਚਰ ਕਾਰਪੋਰੇਸ਼ਨ ਦੇ ਵਿੱਚ ਮੈਜੋਰਟੀ ਹੈ ਮੈਂ ਇਹ ਸਾਡੀ ਸਰਕਾਰ ਇਸ ਗੱਲ ਨੂੰ ਸੁਨਿਸ਼ਚਿਤ ਬਣਾਉਂਦੀ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਅਸੀਂ ਕੋਈ ਦਖਲ ਨਹੀਂ ਦੇਣਾ ਜੋ ਆਪਦੀ ਆਪ ਲੜੀ ਜਾਣ ਟੁੱਟ ਜਾਣੇ ਉਹਨਾਂ ਦੀ ਇੱਛਾ ਹੈ ਕਿ ਉਹਨਾਂ ਦੇ ਆਪਦੇ ਫੈਸਲੇ ਨੇ ਉਹ ਮਨਪਰੀਜ਼ ਨਾਲ ਜਾਂਦੇ ਆ ਕਿਹਦੇ ਨਾਲ ਜਾਂਦੇ ਆ ਮੇਰਾ ਕੋਈ ਲੈਣਾ ਦੇਣਾ ਨਹੀਂ ਮੈਂ ਕਦੇ ਕੋਈ ਦਖਲ ਨਹੀਂ ਦਿੱਤਾ ਤੇ ਨਾਲੇ ਇਹ ਵੀ ਗੱਲ ਆਖੀ ਜਾਂਦੀ ਹੈ ਬਰਿੰਡੇ ਦੇ ਵਿੱਚ ਜਿਹੜੇ ਮੇਅਰ ਹੈਗੇ ਨੇ ਉਹ ਇੱਕ ਸਿਰਫ ਸਟੈਂਪ ਦਾ ਰੋਲ ਅਦਾ ਕਰਦੇ ਨੇ ਇਹ ਗੱਲ ਆਖੀ ਕਿਉਂ ਜਾਂਦੀ ਹੈ ਦੇਖੋ ਜਿਹੜੇ ਹੁਣ ਉੱਥੇ ਬੰਦੇ ਬੈਠੇ ਆ ਨੰਜਾ ਮੈਂ ਤਾਂ ਹੁਣ ਆ ਗਿਆ ਬਾਹਰ ਉਹਨਾਂ ਦੇ 43 ਐਮਸੀ ਹੈ 43 ਰਹਿਗੇ ਸੀ ਇਹ ਉਹਨੂੰ ਜਾਂ ਤਾਂ ਉਹਨਾਂ ਨੂੰ ਪਤਾ ਹੋਊਗਾ ਕੰਮ ਤਾਂ ਹੋ ਜਾਂਦੇ ਆ ਮੈਂ ਤਾਂ ਕਦੇ ਮੇਅਰ ਨੂੰ ਕੰਮ ਨਹੀਂ ਕਿਹਾ ਮੈਂ ਤੁਹਾਨੂੰ ਦੱਸਿਆ ਮੇਰਾ ਸਟੇਟ ਦੇ ਪ੍ਰੋਜੈਕਟ ਲੈ ਕੇ ਆਇਆ ਮੈਂ ਤਾਂ ਜਿਹੜੀ ਸਾਡੀ ਰਿੰਗ ਰੋਡ 2 ਹੈ ਇਹ ਇਹਦੇ ਦੋ ਦੋ ਫੁੱਟੂਂਗੇ ਖੱਡੇ ਪਏ ਪਏ ਆ ਕਿਸੇ ਨੇ ਧਿਆਨ ਨਹੀਂ ਦਿੱਤਾ ਮੈਂ 1.5 ਕਰੋੜ ਰੁਪਏ ਉਹਦੇ ਵੀ ਸਿਮੇਂਟ ਪਾਸ ਕਰਾ ਕੇ ਟੈਂਡਰ ਕਰਾਉਣ ਲੱਗੇ ਮੇਰਾ ਤਾਂ ਧਿਆਨ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਹੈ ਫਾਲਤੂ ਸਮਾਂ ਮੈਂ ਕਦੇ ਬਰਬਾਦ ਨਹੀਂ ਕਰਦਾ ਮੈਂ ਤੜਕੇ 8:30 ਵਜੇ ਤੇ ਬਹਿ ਜਾਂਦਾ 12 ਵਜਾਂ ਨੂੰ 1 ਵਜੇ ਜਿੰਨਾ ਚਿਰ ਲਾਸਟ ਬੰਦਾ ਆਉਦੇ ਕੰਮ ਵਾਲਾ ਇੱਥੋਂ ਨਹੀਂ ਜਾਂਦਾ ਮੈਂ ਇੱਥੋਂ ਨਹੀਂ ਹਿੱਲਦਾ ਉਸ ਤੋਂ ਬਾਅਦ ਜਿਹੜੇ ਪ੍ਰਸ਼ਾਸਨ ਚ ਕੰਮ ਨੇ ਉਹ ਜਾ ਕੇ ਕਰਦੇ ਮੈਂ ਸਮਾਂ ਨਹੀਂ ਬਰਬਾਦ ਕਰਦਾ ਸਰ ਗਵਰਨਮੈਂਟ ਦੀ ਗੱਲ ਕੀਤੀ ਹੈ ਤੇ ਇੱਕ ਬਠਿੰਡੇ ਦਾ ਨਿਕਾਸੀ ਦਾ ਪਾਣੀ ਨਿਕਾਸੀ ਵਾਲਾ ਬਹੁਤ ਵੱਡਾ ਹੈਗਾ ਇਸ਼ੂ ਹੈਗਾ ਅਗਰ ਮਿਨਿਸਪਲ ਕਾਰਪੋਰੇਸ਼ਨ ਉਹਦਾ ਕੋਈ ਪੁਖਤਾ ਪ੍ਰਬੰਧ ਨਹੀਂ ਕਰਦੀ ਹੱਲ ਨਹੀਂ ਕਰਦੀ ਕਿ ਸਰਕਾਰ ਵੱਲੋਂ ਕੋਈ ਇਹੋ ਜਿਹਾ ਪ੍ਰੋਜੈਕਟ ਲਿਆਂਦਾ ਜਾ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹਦੇ ਨਾਲ ਇਹ ਸਮੱਸਿਆ ਹਮੇਸ਼ਾ ਦੇ ਲਈ ਹੱਲ ਹੋ ਜੇ ਕਿਉਂਕਿ ਬਠਿੰਡੇ ਦਾ ਦਾ ਹਿੱਸਾ ਬਹੁਤ ਨੀਵਾ ਤੇ ਇਹ ਬਹੁਤ ਔਖਾ ਹੈ ਕਿ ਉੱਥੇ ਕੋਈ ਇਹੋ ਜਿਹੀ ਪਾਈਪਲਾਈਨ ਪਾਈ ਜਾਵੇ ਜਾਂ ਕੋਈ ਹੋਰ ਇਦਾਂ ਹੀ ਟੈਕਨੀਕਲੀ ਕੋਈ ਸਟਰੋਂਗ ਪ੍ਰੋਜੈਕਟ ਆ ਸਕਦਾ ਹੈ ਜਿਹਦੇ ਨਾਲ ਇਹ ਸਮੱਸਿਆ ਸਾਰੀ ਹਮੇਸ਼ਾ ਲਈ ਹੱਲ ਹੋ ਜੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਚੰਡੀਗੜ੍ਹ ਦਾ ਵਰਗਾ ਸ਼ਹਿਰ ਜਿੱਥੇ ਚੋ ਸੀਗੇ ਜਿੱਥੇ ਪਲਾਨ ਸਭ ਕੁਝ ਬਣਿਆ ਸੀ ਬੜੇ ਟੈਕਨੀਕਲ ਇੰਜੀਨੀਅਰ ਨੇ ਜਿਹਦੇ ਚ ਰੇਨ ਹਾਰਵੈਸਟਿੰਗ ਪਾਈਪਸ ਪੰਘਿਆ ਸੀ ਉਹ ਸ਼ਹਿਰ ਵੀ ਪਰ ਜਾਂਦਾ ਕਿਉਂਕਿ ਕੁਦਰਤ ਲਈ ਜਿਹੜਾ ਪਾਣੀ ਛਟਣਾ ਉਹ ਛੋਟੀ ਨਿਕਾਸੀ ਨਾਲ ਉਹਦਾ ਸਬੰਧ ਨਹੀਂ ਹੁੰਦਾ ਬਠਿੰਡੇ ਦੀ ਟੋਪੋਗ੍ਰਾਫੀ ਇਹੋ ਜੀ ਹੈ ਇੱਥੇ ਸਾਰੀ ਨਿਕਾਸੀ ਪੰਪਿੰਗ ਨਾਲ ਹੁੰਦੀ ਹੈ ਇੱਥੇ ਗ੍ਰੈਵਿਟੀ ਫਲੋ ਨਾਲ ਕੋਈ ਨਿਕਾਸੀ ਨਹੀਂ ਜਿਹੜੀਆਂ ਮੈਂ ਤੁਹਾਨੂੰ ਪਹਿਲਾਂ 4 ਦੱਸੀਆਂ ਨੇ ਸ਼ਿਰਕੀ ਬਾਜ਼ਾਰ ਚ ਪਾਈ ਪਾਉਣ ਦੀ ਗੱਲ ਕਮੜਾ ਨਹਿਰ ਵਿੱਚ ਪਾਈ ਪਾਉਣ ਦੀ ਗੱਲ ਨày ਜਿਹੜਾ ਰੇਲਵੇ ਲਾਈਨ ਦੇ ਨਾਲ ਸਾਡਾ 4 ਕਰੋੜ ਲੱਗਿਆ ਪਿਆ ਉਹਨੂੰ ਨਾਂ ਵਰਤਣ ਦੀ ਗੱਲ ਇਹ ਉਹੀ ਗੱਲਾਂ ਨੇ ਇਹਦੇ ਨਾਲ ਨਿਕਾਸੀ ਨੂੰ ਤੇਜ਼ ਕੀਤਾ ਜਾ ਸਕਦਾ ਜੇ ਕੋਈ ਕਹੇ ਵੀ ਮੈਂ ਭਿੰਡੇ ਸ਼ਹਿਰ ਦੇ ਵਿੱਚ ਕੋਈ ਐਸਾ ਪ੍ਰੋਜੈਕਟ ਲਿਆ ਦੂੰ 20 ਪਵੇ ਪਾਣੀ ਨਿਕਾਸ ਹੋ ਜਾਏ ਤੇ ਇੱਥੇ ਡਰੇਨ ਤਾਂ ਹੈ ਨਹੀਂ ਜਾਊ ਕਿੱਥੇ ਪਾਣੀ ਅਸੀਂ ਤਾਂ ਇੱਥੋਂ ਪੰਪ ਕਰਕੇ ਸ਼ੇਰਗੜ੍ਹ ਵਾਲੇ ਨਾਲੇ ਛੱਡਦੇ ਆਂ ਇਦਰੋਂ ਚੱਕ ਕੇ ਫਿੱਟਿਆ ਕਰਾਂਗੇ ਚੰਦਪਨ ਦੇ ਵਿੱਚ ਤੇ ਮੈਂ ਆਖਰੀ ਦੋ ਸਵਾਲ ਤੜ ਤੋਂ ਪੁੱਛਣਾ ਚਾਹਾਂਗਾ ਕਿ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਕੋ ਲੈਟਰ ਮਿਲਿਆ ਚਿੱਠੀ ਮਿਲੀ ਸੀ ਤੇ ਵਿਧਾਇਕ ਹੋਂ ਦੇ ਨਾਤੇ ਤੇ ਉਹ ਤੇ ਕੀ ਐਕਸ਼ਨ ਕੀਤਾ ਗਿਆ ਕੁਝ ਉਹਦੀ ਹੈ ਕੋਈ ਮਤਲਬ ਉਹਦੇ ਕੋਈ ਬੰਦੇ ਫੜੇ ਗਏ ਹੋਣ ਜਾਂ ਕੋਈ ਹੋਰ ਸੋਧ ਮਿਲੀ ਹੋਵੇ ਵੀ ਹਾਂ ਵੀ ਇਹਨਾਂ ਬੰਦਿਆਂ ਨੇ ਇਹ ਚੀਜ਼ ਕੀਤੀ ਆ ਦੇਖੋ ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਦਾ ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗਾਂ ਦਾ ਡਾਇਰੈਕਟ ਲਾਈਨ ਹੈ ਵੀ ਉਹ ਕਿਸੇ ਵੀ ਉਸ ਮੁੱਦੇ ਤੇ ਸਮਝੌਤਾ ਨਹੀਂ ਕਰਦੇ ਜਿੱਥੇ ਲਾ ਐਂਡ ਆਰਡਰ ਦੀ ਪ੍ਰੋਬਲਮ ਹੋਵੇ। ਸ਼ਰਾਰਤੀ ਅੰਸਰ ਜੇ ਕੋਈ ਚਿੱਠੀਆਂ ਪਾ ਦਿੰਦਾ ਉਸ ਦੇ ਉੱਤੇ ਕੱਲਾ ਬਟੰਡਾ ਨਹੀਂ ਸਾਰੇ ਪੰਜਾਬ ਵਿੱਚ ਸਰਚ آپریشن ਚੱਲਿਆ ਹੈ। ਸਰਕਾਰ ਉਸ ਤੇ ਲੱਗੀ ਹੋਈ ਹੈ। ਮੈਂ ਨਹੀਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਬੜਾ ਵੱਡਾ ਕਾਲਾ ਦੌਰ ਦੇਖਿਆ ਹੈ। ਅਸੀਂ ਤਾਂ ਖੁਦ ਦੇਖਿਆ ਹੈ। ਔਰ ਜਿਹੜੇ ਅੱਜ ਬੱਚੇ ਨੇ ਉਹਨਾਂ ਨੂੰ ਸ਼ਾਇਦ ਨਾ ਪਤਾ ਹੋਵੇ ਬੜਾ ਪੰਜਾਬ ਦਾ ਭਾਰੀ ਨੁਕਸਾਨ ਹੋਇਆ ਇਸ ਗੱਲ ਨੂੰ ਪੰਜਾਬ ਦੇ ਲੋਕ ਸਮਝਦੇ ਆ ਮੈਂ ਤਾਂ ਆਪਦੇ ਵੱਲੋਂ ਵੀ ਹਰ ਪੰਜਾਬੀ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਗੱਲ ਦੇ ਉੱਤੇ ਕਦੇ ਸਮਝੌਤਾ ਨਾ ਕਰਿਓ ਬਹੁਤ ਭਾਰਤ ਦੇ ਬਹੁਤ ਛਿਆਂ ਚ ਦੰਗੇ ਸ਼ਬਦ ਵਰਤਿਆ ਜਾ ਸਕਦਾ ਹੈ ਪੰਜਾਬ ਦੇ ਵਿੱਚ ਹਿੱਟ ਐਂਡ ਟਾਰਗੇਟ ਕਿਲਿੰਗ ਤਾਂ ਹੋਈਆਂ ਸੀ ਕਦੇ ਹਿੰਦੂ ਸਿੱਖਾਂ ਦੇ ਵਿੱਚ ਫਰਕ ਨਹੀਂ ਪਿਆ ਕਦੇ ਇੱਥੇ ਆਪਸੀ ਦੋ ਭਾਈਚਾਰਿਆਂ ਦੇ ਦੰਗੇ ਨਹੀਂ ਹੋਏ ਜਿਹੜੀਆਂ ਸ਼ਕਤੀਆਂ ਅੱਜ ਇਸ ਪਾਸੇ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਮੂੰਹ ਦੀ ਖਾਣੀ ਪੂ ਕਿਉਂਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਭੜੀ ਭਾਂਤ ਸਮਝਦੇ ਆ ਕਿ ਸ਼ਾਂਤੀ ਤੋਂ ਇਲਾਵਾ ਸ਼ਾਂਤੀ ਦੇ ਨਾਲ ਤੇ ਇੰਡਸਟਰੀ ਖੁੱਲ ਸਕਦੀ ਹੈ ਸ਼ਾਂਤੀ ਦੇ ਨਾਲ ਇੰਡਸਟਰੀ ਵੱਧ ਸਕਦੀ ਹੈ ਭਾਈਚਾਰਾ ਕਾਇਮ ਰਹਿ ਸਕਦਾ ਹੈ ਇੱਥੇ ਭਾਈਚਾਰਾ ਕਾਇਮ ਰਹੂਗਾ ਤੇ ਕੋਈ ਇੱਥੇ ਸ਼ਾਂਤੀ ਭੰਗ ਨਹੀਂ ਜਿਲੇ ਸ਼ਰਾਰਤੀ ਆਂਸਰ ਹੈ ਕਿ ਇਹ ਆ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਇਹਨਾਂ ਪਿੱਛੇ ਹੱਤ ਕੋਈ ਸਿਆਸੀ ਚਿਹਰਿਆਂ ਦਾ ਵੀ ਹੋ ਸਕਦਾ ਦੇਖੋ ਮੈਂ ਤਾਂ ਐਡਾ ਵੱਡਾ ਪੱਧਰ ਦਾ ਪ੍ਰਸ਼ਾਸਨ ਦੇ ਵਿੱਚ ਇਨਵੋਲ ਨਹੀਂ ਕਿ ਪ੍ਰਸ਼ਾਸਨਿਕ ਅਧਿਕਾਰੀ ਕੋਈ ਜਵਾਬ ਦੇ ਸਕਦਾ ਜੀ ਉਹਨਾਂ ਨੂੰ ਦੱਸਿਆ ਹੋਵੇ ਤੇ ਆਖਰੀ ਸਵਾਲ ਮੈਂ ਤਾਂ ਰਤੋ ਲੈਣਾ ਚਾਹਾਂਗਾ ਕਿ ਤਾਂ ਲੋਕਾਂ ਦੇ ਵਿੱਚ ਨਾ ਇੱਕ ਜਿਹੜੇ ਜਿੰਨੇ ਵੀ ਸਿਆਸੀ ਲੀਡਰ ਨੇ ਸਾਰਿਆਂ ਦੇ ਲਈ ਇੱਕ ਇਮੇਜ ਛਵੀ ਜਿਹੜੀ ਬਣੀ ਵੀ ਆ ਹੋਂ ਦੀ ਮੋਂ ਉਹ ਗੱਲ ਕਰਨ ਜਾ ਰਹੇ ਆ ਉਹ ਲੋਕਾਂ ਦਾ ਇਹ ਕਹਿਣਾ ਹੈ ਕਿ ਜਦੋਂ ਤਾਂ ਸਟੇਜ ਤੇ ਹੁੰਦੇ ਨੇ ਤੇ ਇੱਕ ਦੂਜੇ ਦੇ ਖਿਲਾਫ ਬੜੀ ਰੱਜ ਕੇ ਬਿਆਨਬਾਜ਼ੀ ਕੀਤੀ ਜਾਂਦੀ ਹੈ ਸ਼ਬਦਾਂ ਦੀ ਮਰਿਆਦਾ ਵੀ ਭੁੱਲੀ ਜਾਂਦੀ ਹੈ ਉੱਥੇ ਪਰ ਕੁਝ ਇਹੋ ਜਿਹੀਆਂ ਵੀਡੀਓ ਸਾਹਮਣੇ ਆਉਂਦੀ ਜਿਦੇ ਉਹ ਜੱਫੀਆਂ ਪਾਉਂਦੇ ਤੇ ਗਲੇ ਮਿਲਦੇ ਨਜ਼ਰ ਆਉਂਦੇ ਨੇ ਤੇ ਲੋਕ ਕਿਤਨਾ ਕਿਤੇ ਇਹ ਗੱਲ ਕਹਿੰਦੇ ਆ ਕਿ ਯਾਰ ਇਹ ਬੰਦੇ ਜਿਹੜੇ ਨੇ ਇਹ ਉਹ ਸਾਡੇ ਨਹੀਂ ਹੋ ਸਕਦੇ ਸਾਡੇ ਸਾਨੂੰ ਸਾਡੇ ਲਈ ਚੰਗਾ ਨਹੀਂ ਸੋਚ ਸਕਦੇਗੇ ਕੀ ਇਹ ਸੋਚਦੇ ਤੁਸੀਂ ਵੀ ਕਿ ਇਦਾਂ ਦੇ ਬਿਹੇਵ ਕਰਨਾ ਉਹ ਸਿਆਸੀ ਲੀਡਰਾਂ ਦੇ ਲਈ ਸਹੀ ਨਹੀਂ ਇੱਕ ਪਾਸੇ ਉਹ ਵਿਰੋਧ ਕਰਦ ਨੇ ਤੇ ਇੱਕ ਪਾਸੇ ਉਹ ਇੱਕ ਦੂਜੇ ਨਾਲ ਗਲੇ ਮਿਲਦੇ ਨੇ ਦੇਖੋ ਸਿਆਸੀ ਪੱਖੋਂ ਮੇਰਾ ਨਜ਼ਰੀਆ ਬਿਲਕੁਲ ਵੱਖਾ ਹੈ ਤੁਸੀਂ ਨੀਤੀਆਂ ਦੀ ਆਲੋਚਨਾ ਕਰੋ ਆਪਦੀਆਂ ਨੀਤੀਆਂ ਦਾ ਪ੍ਰਚਾਰ ਕਰੋ ਇਹ ਤੁਹਾਡਾ ਹੱਕ ਹੈ ਅਸੀਂ ਜਾਤੀ ਇਲਜ਼ਾਮ ਲਾਉਣ ਦੇ ਮਤਲਬ ਤੁਹਾਨੂੰ ਪਹਿਲਾਂ ਦੱਸ ਕਿਤੇ ਮਗਰ ਦੇ ਕਿਸੇ ਖਰਾਬ ਜਾਤੀ ਸ਼ਿਕਾਇਤ ਵੀ ਨਹੀਂ ਕਰਦਾ ਜਾਤੀ ਇਲਜ਼ਾਮ ਲਾਉਣਾ ਗੁਰੇਜ਼ ਕਰਨਾ ਚਾਹੀਦਾ ਕਿਸੇ ਨੂੰ ਕਿਸੇ ਦੇ ਜਾਤੀ ਇਲਜ਼ਾਮ ਨਹੀਂ ਲਾਉਣੇ ਚਾਹੀਦੇ ਇਸ ਕਰਕੇ ਸਿਆਸੀ ਬੰਦਿਆਂ ਨੂੰ ਚਾਹੀਦਾ ਰਾਜਨੀਤੀ ਕਰਨ ਪਰ ਆਪਸੀ ਭਾਈਚਾਰਾ ਲੋਕਾਂ ਨੂੰ ਮਿਸਾਲ ਬਣ ਕੇ ਦਿਖਾਉਣਾ ਚਾਹੀਦਾ ਹੈ ਅਸੀਂ ਯਾਰ ਸਮਾਜਿਕ ਬੰਦੇ ਆ ਅਸੀਂ ਕਿਹਦੀ ਵਿਆਹ ਸ਼ਾਦੀ ਛਣੀ ਜਾਂਦੇ ਕਿਹਦੇ ਦੁੱਖ ਛਣੀ ਜਾਂਦੇ ਇਸ ਕਰਕੇ ਸਾਨੂੰ ਇਸ ਪਰਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਸਸਦ ਦੇ ਵਿੱਚ ਤੁਸੀਂ ਨੀਤੀਆਂ ਦੀ ਅਲੋਚਨਾ ਕਰ ਸਕਦੇ ਹੋ ਜਾਤੀ ਇਲਜ਼ਾਮ ਆਦਿ ਲਾਉਣੇ ਚਾਹੀਦੇ ਆਉਣ ਵਾਲੇ ਸਮੇਂ ਦੇ ਵਿੱਚ ਬਟਿੰਡ ਦੀ ਇੰਡਸਟਰੀ ਆਏਗੀ ਕੋਈ ਦੇਖੋ ਅੱਜ ਦੀ ਮੈਂ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਮੱਤੇਵਾਲ ਇੰਡਸਟਰੀ ਸੀਗੀ ਆਪਣੇ ਕਿਹੜੀ ਇੰਡਸਟਰੀ ਥੀ ਉਹ ਟੈਕਸਟਾਈਲ ਉਹ ਕਾਫੀ ਵੱਡਾ ਪ੍ਰੋਜੈਕਟ ਸੀ ਉਹ ਜਦੋਂ ਉਥੋਂ ਖਤਮ ਕੀਤਾ ਉਹ 1000 ਏਕੜ ਦੇ ਵਿੱਚ ਲੱਗਣਾ ਸੀ ਸਾਡੇ ਕੋਲੇ ਸੇ ਸਰਮਨਲ ਪਲਾਂਟ ਦੀ ਜਗ੍ਹਾ ਸੀ 12-1300 ਏਕੜ ਮੈਂ ਯਤਨ ਕੀਤਾ ਸੀ ਮੁੱਖ ਮੰਤਰੀ ਜੀ ਨੂੰ ਮਿਲਿਆ ਸੀ ਮੈਂ ਬੇਨਤੀ ਵੀ ਬਹੁਤ ਕੀਤੀ ਜੀ ਤੁਸੀਂ ਇਹਨੂੰ ਸਾਡੇ ਦੇ ਦਿਓ ਪਰ ਉਹ ਕੇਂਦਰੀ ਵਾਪਸ ਲੈ ਗਿਆ ਵੱਡੀ ਇੰਡਸਟਰੀ ਜੇ ਮੱਜ ਕਹਾ ਬਟੰਡੇ ਡਿਸਟ੍ਰਿਕਟ ਤੱਕ ਆ ਜੂਗੀ ਪਟੰਡੇ ਸ਼ਹਿਰ ਚ ਜ਼ਮੀਨ ਇੰਨੀ ਮਹਿੰਗੀ ਹੈ ਇੰਡਸਟਰੀਲ ਸੇ ਇੰਨੀ ਮਹਿੰਗੀ ਜਿਵੇਂ ਲੈਂਦਾ ਨਹੀਂ ਆਸੇ ਪਾਸੇ ਹੈ ਜਿਵੇਂ ਹੁਣ ਆ ਪ੍ਰਾਲੀ ਦਾ ਪ੍ਰੋਜੈਕਟ ਲੱਗ ਰਿਹਾ 2600 ਕਰੋੜ ਦਾ ਹੋਰ ਪ੍ਰੋਜੈਕਟ ਵੀ ਆ ਰਹੇ ਆ ਐਸੇ ਪ੍ਰੋਜੈਕਟ ਆਉਣਗੇ ਵਪਾਰੀ ਦੇ ਵਿੱਚ ਪਹਿਲਾਂ ਨਾਲੋਂ ਕੌਨਫੀਡੈਂਸ ਵਧਿਆ ਸਰਕਾਰ ਦੇ ਵਿੱਚ ਉਹ ਪੈਸਾ ਪੰਜਾਬ ਦੇ ਵਿੱਚ ਲਾਉਣ ਲੱਗੇ ਥੈਂਕ ਯੂ ਵੈਰੀ ਮੱਚ ਗਿਲ ਸਾਹਿਬ ਤੁਸੀਂ ਸਮਾਂ ਦਿੱਤਾ ਤੇ ਬੜੇ ਬਾਰੀਕੀ ਦੇ ਨਾਲ ਬਠਿੰਡੇ ਦੇ ਜਿਹੜੇ ਤੁਸੀਂ ਕੰਮ ਕੀਤੇ ਨੇ ਤੇ ਜਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰ ਰਹੇ ਹੋ ਉਹਨਾਂ ਬਾਰੇ ਤੁਸੀਂ ਜਾਣਨਾ ਪਾਇਆ ਸੋ ਸ਼ੁਕਰੀਆ ਥੈਂਕ ਯੂ ਵੈਰੀ ਮਾਚੀ